हाँ जी, सत श्री अकाल दोस्तों, तुहाडा स्वागत है जी साडे YouTube चैनल हरिका जॉब अलर्ट ते। दोस्तों, जेकर तुसी चैनल पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। दोस्तों, एक गुड न्यूज़ तुहानूं देण लगे हां, पंजाब पुलिस कांस्टेबल दे लई। इहदे नाल ही दोस्तों तुहानूं दस दईए कि साडी एंड्रॉयड ऐप ते पीपीएससी नैब तहसीलदार दी मॉक टेस्ट सीरीज अवेलेबल है, जिहदा प्राइस है 499। 499 ਦੇ ਵਿੱਚ ਇਹ ਟੈਸਟ ਸੀਰੀਜ਼ ਅਵੇਲੇਬਲ ਹੈ, ਜਿਹਦੇ ਵਿੱਚ 6 ਟੈਸਟ ਤੁਹਾਨੂੰ ਮਿਲ ਰਹੇ ਨੇ। ਇੱਕ ਟੈਸਟ ਜਿਹੜਾ ਡੈਮੋ ਟੈਸਟ ਹੈ ਉਹ ਐਪ ਤੇ ਅਪਲੋਡ ਹੋ ਚੁੱਕਿਆ ਹੈ, ਉਹਦੀ ਪੀਡੀਐਫ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੇ ਜਿਹੜੀਆਂ ਬਾਕੀ ਟੈਸਟ ਦੀਆਂ ਅਵੇਲੇਬਿਲਟੀ ਡੇਟਸ ਨੇ ਉਹ ਵੀ ਅਸੀਂ ਮੈਂਸ਼ਨ ਕੀਤੀਆਂ ਨੇ। ਸਾਰੇ ਟੈਸਟ ਤੁਹਾਨੂੰ 16 ਮਾਰਚ ਤੱਕ ਮਿਲ ਜਾਣਗੇ, ਹੋ ਸਕਿਆ ਤਾਂ ਉਸ ਤੋਂ ਪਹਿਲਾਂ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਸਾਰੇ ਇਹ ਟੈਸਟ ਤੁਹਾਨੂੰ ਪੀਡੀਐਫ ਫਾਰਮੈਟ ਦੇ ਵਿੱਚ ਹੀ ਮਿਲਣਗੇ, ਠੀਕ ਹੈ। ਐਪ ਦੇ ਉੱਪਰੋਂ ਤੁਸੀਂ ਪੀਡੀਐਫ ਵੀ ਡਾਊਨਲੋਡ ਕਰ ਸਕਦੇ ਹੋ, ਉੱਥੇ ਹੀ ਕਰਨਾ ਚਾਹੁੰਦੇ ਉੱਥੇ ਹੀ ਕਰ ਸਕਦੇ ਹੋ, ਤੁਹਾਡੇ ਕੋਲ ਸਾਰੀਆਂ ਆਪਸ਼ਨਸ ਅਵੇਲੇਬਲ ਆ। ਤੇ ਕੋਈ ਵੀ ਇਨਕੁਆਇਰੀ ਹੈ, ਕੁਐਰੀ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਤੇ ਜਿਹੜਾ ਇਹਦਾ ਲਿੰਕ ਹੈ ਕੋਰਸ ਬਾਏ ਕਰਨ ਦਾ, ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਧੰਨਵਾਦ। ਤੇ ਪੰਜਾਬ ਪੁਲਿਸ ਕਾਂਸਟੇਬਲ ਦੇ ਜਿਹੜੇ ਵੀ ਵਾਰਡਸ ਆਫ ਪੁਲਿਸ ਪਰਸੋਨਲ ਕੈਟੇਗਰੀ ਦੇ ਕੈਂਡੀਡੇਟਸ ਨੇ, ਉਹਨਾਂ ਚੋਂ ਕਿਸੇ ਕੈਂਡੀਡੇਟ ਨੂੰ ਇੱਕ ਮੇਲ ਪ੍ਰਾਪਤ ਹੋਈ ਹੈ, ਤੇ ਉਹ ਮੇਲ ਪ੍ਰਾਪਤ ਹੋਈ ਹੈ ਦੋਸਤੋ ਕੱਲ 6:17 ਤੇ। ਤੇ ਇਹਦੇ ਮੇਲ ਦੇ ਵਿੱਚ ਦੱਸਿਆ ਗਿਆ ਕਿ ਡਾਕੂਮੈਂਟ ਵੈਰੀਫਿਕੇਸ਼ਨ ਲਈ ਇਹਨਾਂ ਨੂੰ 2 ਮਾਰਚ 2022 ਸਵੇਰੇ 10:30 ਵਜੇ ਇਹਨਾਂ ਨੂੰ ਬੁਲਾਇਆ ਗਿਆ। ਤੇ ਬੁਲਾਇਆ ਕਿੱਥੇ ਗਿਆ? 13th PAP ਬਟਾਲੀਅਨ ਬਿਹਾਈਂਡ ਪੰਜਾਬ ਸਿਵਲ ਸੈਕਟਰੀਏਟ ਬਿਲਡਿੰਗ ਸੈਕਟਰ 1 ਚੰਡੀਗੜ੍ਹ ਦੇ ਵਿੱਚ। ਤੇ ਇੱਥੇ ਇਸ ਕੈਂਡੀਡੇਟ ਨੂੰ ਬੁਲਾਇਆ ਗਿਆ। ਉਹ ਕਿਉਂ ਬੁਲਾਇਆ ਗਿਆ? ਕਿਉਂਕਿ ਇਹਨਾਂ ਦੇ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਸੀ ਜਾਂ ਕੋਈ ਡਾਕੂਮੈਂਟ ਇਹਨਾਂ ਦਾ ਪੂਰੇ ਨਹੀਂ ਪਹੁੰਚੇ ਸੀ ਉੱਥੇ, ਠੀਕ ਹੈ। ਤੇ ਇਹ ਅਵਾਰਡਸ ਆਫ ਪੁਲਿਸ ਪਰਸੋਨਲ ਕੈਟੇਗਰੀ ਨੂੰ ਕਿੱਦਾਂ ਬਿਲੋਂਗ ਕਰਦੇ ਆ? ਕਿਉਂਕਿ ਇੱਥੇ ਇਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਕਿ ਕੈਂਡੀਡੇਟਸ ਮਸਟ ਬ੍ਰਿੰਗ ਓਰਿਜਿਨਲ ਸਰਟੀਫਿਕੇਟਸ ਪਰਟੇਨਿੰਗ ਟੂ ਐਜੂਕੇਸ਼ਨ ਕੁਆਲੀਫਿਕੇਸ਼ਨ, ਵਾਰਡਸ ਆਫ ਪੁਲਿਸ ਪਰਸੋਨਲ ਸਰਟੀਫਿਕੇਟ ਐਂਡ ਐਪਲੀਕੇਸ਼ਨ ਫਾਰਮ ਅਲੋਂਗ ਵਿਦ 1 ਸੈਲਫ ਟੈਸਟ ਕਾਪੀ ਆਫ ਦ ਸੇਮ। ਤੇ ਇੱਥੋਂ ਆਪਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਇਸ ਕੈਟੇਗਰੀ ਨੂੰ ਜਿਹੜਾ ਇਹ ਬਿਲੋਂਗ ਕਰਦਾ ਸੀ ਕੈਂਡੀਡੇਟ, ਤੇ ਇਹਨਾਂ ਨੂੰ ਇਹ ਮੇਲ ਪ੍ਰਾਪਤ ਹੋਈ ਹੈ। ਤੇ ਹਾਲਾਂਕਿ ਆਪਾਂ ਇਸ ਮੇਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ 100% ਸਹੀ ਹੋ ਸਕਦੀ ਹੈ, ਬਟ ਜਿਹੜੇ ਕੈਂਡੀਡੇਟ ਨੇ ਮੈਨੂੰ ਸੈਂਡ ਕੀਤੀ ਹੈ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਅਥੈਂਟਿਸਿਟੀ ਵਾਲਾ ਕੈਂਡੀਡੇਟ ਹੈ, ਤੇ ਕਦੇ ਵੀ ਗਲਤ ਇਨਫੋਰਮੇਸ਼ਨ ਉਹਨੇ ਆਪਾਂ ਨੂੰ ਸ਼ੇਅਰ ਨਹੀਂ ਕੀਤੀ, ਤੇ ਉਹੀ ਤੁਹਾਡੇ ਤੱਕ ਮੈਂ ਅੱਗੇ ਸ਼ੇਅਰ ਕਰ ਰਿਹਾ। ਤੇ ਜੇ ਇਹ ਸਹੀ ਹੈ, ਠੀਕ ਹੈ, ਆਪਾਂ 99.9% ਦੀ ਪੋਸੀਬਿਲਟੀ ਰੱਖ ਕੇ ਚੱਲਦੇ ਹਾਂ ਕਿ ਇਹ ਸਹੀ ਹੈ, ਠੀਕ ਹੈ। 0.01 ਦੀ ਜਿਹੜੀ ਆਪਾਂ ਰੱਖ ਲੈਂਦੇ ਹਾਂ ਕਿ ਸਹੀ ਨਹੀਂ ਹੈਗਾ, ਠੀਕ ਹੈ। ਤੇ ਜੇ ਇਹ ਸਹੀ ਹੈ ਤਾਂ ਪ੍ਰੋਸੈਸ ਜਿਹੜਾ ਦੁਬਾਰਾ ਸਟਾਰਟ ਹੋ ਚੁੱਕਿਆ ਪੰਜਾਬ ਪੁਲਿਸ ਦਾ। ਤੇ ਇੱਕ ਚੀਜ਼ ਹੋਰ ਵੀ ਸੁਣਨ 'ਚ ਆ ਰਹੀ ਹੈ ਕਿ ਜਿਹੜਾ ਤੁਹਾਨੂੰ ਜੁਆਇਨਿੰਗ ਲੈਟਰ ਮਿਲਨੇ ਆ ਉਹ ਤਕਰੀਬਨ ਤਕਰੀਬਨ 12-13 ਮਾਰਚ ਦੇ ਨੇੜੇ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਜਾਣੇ ਆ ਪੰਜਾਬ ਪੁਲਿਸ ਕਾਂਸਟੇਬਲ ਡਿਸਟ੍ਰਿਕਟ ਤੇ ਆਰਮਡ ਕੈਡਰ, ਠੀਕ ਹੈ, ਜੋ ਪੰਜਾਬ ਪੁਲਿਸ DGP ਆਫਿਸ ਦੀ ਸਟੇਟਮੈਂਟ ਆ ਉਹਨਾਂ ਦੇ ਅਕੋਰਡਿੰਗ, ਠੀਕ ਹੈ। ਤੇ ਉਹਨਾਂ ਨੇ ਜਿਹੜੀ ਫਰੈਸ਼ ਸਟੇਟਮੈਂਟ ਉਹਨਾਂ ਨੇ ਦਿੱਤੀ ਆ, ਠੀਕ ਆ, ਕਿਸੇ ਦੇ ਥਰੂ ਹੀ ਆਪਾਂ ਨੂੰ ਪਤਾ ਚੱਲਿਆ ਕਿ ਉਹਨਾਂ ਨੇ ਇਹੀ ਕਿਹਾ। ਉਹਨਾਂ ਦੇ ਆਫਿਸ ਵਿਜ਼ਿਟ ਕੀਤਾ ਗਿਆ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਲੈਕਸ਼ਨ ਰਿਜ਼ਲਟ ਤੋਂ 2 ਜਾਂ 3 ਦਿਨ ਬਾਅਦ ਜਿਹੜੇ ਜੁਆਇਨਿੰਗ ਲੈਟਰ ਮਿਲ ਜਾਣੇ ਆ ਪੰਜਾਬ ਪੁਲਿਸ ਕਾਂਸਟੇਬਲ ਵਾਲੇ ਕੈਂਡੀਡੇਟਸ ਨੂੰ ਜਿਹੜੇ ਡਿਸਟ੍ਰਿਕਟ ਦੇ ਆਰਮਡ ਖੇਡਰ ਨੂੰ ਬਿਲੋਂਗ ਕਰਦੇ। ਤੇ ਇਸ ਕਰਕੇ ਜਿਹੜਾ ਹੁਣ ਜਿਹੜੇ ਵੀ ਕੈਂਡੀਡੇਟਸ ਦੀ ਕੋਈ ਕਮੀ ਪੇਸ਼ੀ ਸੀ ਡਾਕੂਮੈਂਟ ਦੇ ਵਿੱਚ ਤਾਂ ਉਹ ਚੀਜ਼ਾਂ ਪੂਰੀਆਂ ਕਰਵਾਈਆਂ ਜਾ ਰਹੀਆਂ ਨੇ, ਜਿਵੇਂ ਇਸ ਕੈਂਡੀਡੇਟ ਨੂੰ 2 ਮਾਰਚ 2022 ਨੂੰ ਬੁਲਾਇਆ ਗਿਆ ਤੇ ਉੱਥੇ ਪਹੁੰਚਣਗੇ। ਉਸ ਤੋਂ ਬਾਅਦ ਜਿੰਨੀ ਵੀ ਕਾਗਜ਼ੀ ਕਾਰਵਾਈ ਆ ਉਹ ਡਿਪਾਰਟਮੈਂਟ ਆਪਣੇ ਐਂਡ ਤੇ ਕਰਦਾ ਰਹਿੰਦਾ ਹੁੰਦਾ, ਤੇ ਬਿਲਕੁਲ ਜਿਹੜਾ ਇੱਕ ਲਾਸਟ ਮੋੜ ਤੇ ਆ ਕੇ ਉਹ ਛੱਡ ਦਿੰਦੇ ਹੁੰਦੇ ਕੰਮ, ਠੀਕ ਆ। ਜਦੋਂ ਮਨਜ਼ੂਰੀ ਲੈਣੀ ਪੈਂਦੀ ਹੈ ਅੱਗੋਂ ਗਵਰਨਮੈਂਟ ਦੀ ਤਾਂ ਉਹ ਮਨਜ਼ੂਰੀ ਮਿਲ ਗਈ ਤੈਨ ਤੁਹਾਨੂੰ ਜਿਹੜੇ ਜੁਆਇਨਿੰਗ ਲੈਟਰ ਉਹ ਮਿਲ ਜਾਣੇ। ਤੇ ਅੱਛੀ ਗੱਲ ਆ ਦੋਸਤੋ, ਕਾਫੀ ਅੱਛੀ ਗੱਲ ਆ, ਕਿਉਂਕਿ ਕਾਂਸਟੇਬਲ ਦੇ ਜਿਹੜੇ ਕੈਂਡੀਡੇਟ ਨੇ ਬਹੁਤ ਬੇਸਬਰੀ ਨਾਲ ਉਹ ਇੰਤਜ਼ਾਰ ਕਰ ਰਹੇ ਨੇ, ਤੇ ਬਹੁਤ ਘਰਾਂ ਦੇ ਵਿੱਚ ਜਿਹੜਾ ਰੁਜ਼ਗਾਰ ਇਹ ਮਿਲੇਗਾ ਜਦੋਂ ਵੀ ਜੁਆਇਨਿੰਗ ਲੈਟਰ ਜਿਹੜੇ ਵੰਡੇ ਜਾਂਦੇ ਆ, ਠੀਕ ਹੈ। ਲਗਭਗ 4300 ਕੈਂਡੀਡੇਟਸ ਨੂੰ ਸਰਕਾਰੀ ਨੌਕਰੀ ਮਿਲੇਗੀ ਤੇ 4300 ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਘਰਾਂ ਦੇ ਵਿੱਚ ਰੁਜ਼ਗਾਰ ਜਾਏਗਾ ਪੰਜਾਬ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿੰਨੀਆਂ ਹੁਣ ਬਾਕੀ ਦੇ ਐਗਜ਼ਾਮ ਆ ਉਹ ਵੀ ਆਪਣੀ ਤਿਆਰੀ ਖਿੱਚ ਲਓ, ਠੀਕ ਹੈ, ਕਿਉਂਕਿ
ਜੇ ਆਪਾਂ ਗੱਲ ਕਰੀਏ ਗਵਰਨਮੈਂਟ ਦੀ, ਨਵੀਂ ਗਵਰਨਮੈਂਟ ਆਉਣ ਦੇ ਵਿੱਚ ਥੋੜਾ ਸਮਾਂ ਬਾਕੀ ਹੈ, ਠੀਕ ਹੈ। ਚਾਹੇ ਗਵਰਨਮੈਂਟ ਨਵੀਂ ਆਉਂਦੀ ਹੈ, ਚਾਹੇ ਕੋਈ ਪੁਰਾਣੀ ਗਵਰਨਮੈਂਟ ਆਉਂਦੀ ਹੈ, ਉਹ ਆਪਾਂ ਨੂੰ ਨਹੀਂ ਪਤਾ, ਉਹ ਸਰਕਮਸਟਾਂਸਸ ਤੇ ਡਿਪੈਂਡ ਕਰਦਾ, ਠੀਕ ਹੈ। ਤਾਂ ਕਰਕੇ ਤੁਸੀਂ ਆਪਣੀ ਤਿਆਰੀ ਕਰਦੇ ਰਹੋ, ਜਿੰਨੇ ਵੀ ਨੈਬ ਤਹਿਸੀਲਦਾਰ ਵਾਲੇ ਕੈਂਡੀਡੇਟ ਆ ਉਹ ਆਪਣੀ ਤਿਆਰੀ ਖਿੱਚ ਕੇ ਰੱਖੋ, ਕਿਉਂਕਿ ਤੁਹਾਡੇ ਕੋਲ ਤਾਂ ਬਹੁਤ ਘੱਟ ਸਮਾਂ ਬਾਕੀ ਆ। ਤੁਹਾਡੇ ਕੋਲ ਤਾਂ ਤਕਰੀਬਨ ਜੇ ਆਪਾਂ ਮੰਨ ਕੇ ਚੱਲੀਏ 22-23 ਦਿਨ ਬਾਕੀ ਨੇ ਐਗਜ਼ਾਮ ਦੇ ਲਈ, ਅਤੇ PPSC ਆਪਣਾ ਪ੍ਰੋਸੈਸ ਕਰਦਾ ਰਹਿੰਦਾ ਹੁੰਦਾ। PPSC ਕੋਈ ਜ਼ਿਆਦਾ ਸਮਾਂ ਨਹੀਂ ਲੈਂਦਾ ਹੁੰਦਾ ਕਿਸੇ ਵੀ ਚੀਜ਼ ਨੂੰ, ਠੀਕ ਆ। PPSC ਤੁਹਾਨੂੰ ਪਤਾ ਕੋਨਸਟੀਟਿਊਸ਼ਨਲ ਬੋਡੀ ਆ, ਤਾਂ ਕਰਕੇ ਉਹ ਆਪਣਾ ਕੰਮ ਕਰਦਾ ਰਹਿੰਦਾ ਹੁੰਦਾ ਸਮੇਂ ਸਿਰ। ਅਤੇ ਬਾਕੀ ਜਿਹੜੇ ਪੰਜਾਬ ਪੁਲਿਸ ਦੇ ਬਾਕੀ ਵੀ ਕੈਂਡੀਡੇਟ ਆ, ਚਾਹੇ ਉਹ ਤੁਹਾਡਾ ਹੈੱਡ ਕਾਂਸਟੇਬਲ ਹੋ ਗਿਆ, ਸਿਵਿਲੀਅਨ ਵਾਲੇ ਹੋ ਗਏ, ਠੀਕ ਆ, ਜਾਂ ਇੱਕ ਦੋ ਜਿਹੜੀਆਂ ਹੋਰ ਭਰਤੀਆਂ ਸੀ ਉਹ ਕੈਂਡੀਡੇਟ ਹੋ ਗਏ, ਉਹ ਵੀ ਆਪਣੀ ਤਿਆਰੀ ਖਿੱਚ ਕੇ ਰੱਖੋ, ਠੀਕ ਹੈ। ਜੋ ਵੀ ਫਿਜ਼ੀਕਲ ਵਗੈਰਾ ਦੀ ਤਿਆਰੀ ਸੀ ਆਪਣੀ ਦੁਬਾਰਾ ਤਿਆਰੀ ਸਟਾਰਟ ਕਰ ਦਿਓ, ਠੀਕ ਆ, ਕਿਉਂਕਿ ਸਮਾਂ ਫਿਰ ਮੌਕੇ 'ਤੇ ਘੱਟ ਰਹਿ ਜਾਂਦਾ। ਇਸ ਕਰਕੇ ਜੇ ਪਹਿਲਾਂ ਹੀ ਤੁਸੀਂ ਵੈਲ ਪ੍ਰਿਪੇਅਰਡ ਰਹੋਗੇ ਤਾਂ ਤੁਹਾਡਾ ਜਿਹੜਾ ਕੰਮ ਇਹ ਬਣ ਸਕਦਾ। ਅਤੇ ਪੰਜਾਬ ਪੁਲਿਸ ਕਾਂਸਟੇਬਲ ਵਾਲੇ ਕੈਂਡੀਡੇਟਸ ਨੂੰ ਦੁਬਾਰਾ ਤੋਂ ਆਲ ਦੀ ਬੈਸਟ ਬੈਸਟ ਵਿਸ਼ਿਜ਼, ਠੀਕ ਆ। ਅਤੇ ਉਮੀਦ ਹੈ ਕਿ ਜਲਦ ਤੋਂ ਜਲਦ ਤੁਸੀਂ ਜਿਹੜਾ ਪੰਜਾਬ ਪੁਲਿਸ ਫੋਰਸ ਨੂੰ ਜੁਆਇਨ ਕਰੋਗੇ ਅਤੇ ਆਪਣਾ ਅਤੇ ਆਪਣੇ ਮਾਪਿਆਂ ਦਾ ਜਿਹੜਾ ਨਾਂ ਰੋਸ਼ਨ ਕਰੋਗੇ। ਅਤੇ ਬਾਕੀ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।